ਜੀ ਸਾਹਿਬ ਦਾ ਜਿਹੜੀ ਵਿਚਾਰ ਤੋਂ ਪਹਿਲਾਂ ਜਿਹੜਾ ਇੱਕ ਓਅੰਕਾਰ ਇੱਕ ਸ਼ਬਦ ਲਗਾਇਆ ਏਕਾ ਲਗਾਇਆ ਮੇਰੇ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਜਾ ਕੇ ਦੱਸਣਾ ਕੀਤਾ ਕਿ ਉਹ ਇੱਕ ਜਿਹੜਾ ਹੈ ਪਰਮਾਤਮਾ ਜਿਹੜਾ ਹੈ ਉਹ ਇੱਕ ਕਿੱਥੇ ਕਿੱਥੇ ਵਰਤ ਰਿਹਾ ਹੈ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੇ ਬਾਣ। ਉਹ ਇੱਕ ਜਿਹੜਾ ਸ੍ਰਿਸ਼ਟੀ ਦਾ ਮਾਲਕ ਅਕਾਲ ਪੁਰਖ ਹੈ ਉਹਨੇ ਹੀ ਆਪਣੀ ਖੇਡ ਰਚਾਈ ਦੀ ਹੈ। ਉਹਨੇ ਹੀ ਜਿਵੇਂ ਇੱਕ ਸਟੋਰ ਗਏ ਉਹਨੇ ਇੱਕ ਫੈਕਟਰੀ ਗਏ ਉਹਨੇ ਅੱਗੋਂ ਆਪਣੀਆਂ ਬ੍ਰਾਂਚਾਂ ਖੋਲ੍ਹ ਲਈਆਂ। ਉਸ ਵਕਤ ਪਰਮਾਤਮਾ ਨੂੰ ਵੀ ਖੇਡ ਬਣਾਉਣ ਲਈ ਸਾਰੀ ਜਿਹੜੀ ਸ੍ਰਿਸ਼ਟੀ ਦੇ ਲਈ ਇਹ ਸਾਰਾ ਕੁਝ ਕਰਨਾ ਪਿਆ। ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੇ ਬਾਣ ਕਿਸੇ ਨੂੰ ਸੰਸਾਰ ਰਚਾਉਣ ਵਾਸਤੇ ਭੇਜ ਦਿੱਤਾ, ਕਿਸੇ ਨੂੰ ਵਿਚਾਰਾਂ ਕਰਨ ਲਈ ਦੀਵਾਨ ਸਜਾਉਣ ਲਈ ਭੇਜ ਦਿੱਤਾ ਅਤੇ ਕਿਸੇ ਨੂੰ ਭੰਡਾਰੇ ਦੇ ਕੇ ਭੇਜ ਦਿੱਤੇ ਵੰਡਣ ਵਾਸਤੇ। ਹੈ ਉਹ ਇੱਕ ਉਸ ਇੱਕ ਸ੍ਰਿਸ਼ਟੀ ਦੇ ਮਾਲਕ ਨਾਲ ਮੇਰੇ ਪਾਤਸ਼ਾਹ ਸਾਨੂੰ ਜੋੜਨਾ ਕਰ ਰਹੇ ਨੇ। ਅਸੀਂ ਉਸ ਇੱਕ ਨਾਲ ਜੋੜਨਾ ਹੈ। ਸ਼ੁਰੂਆਤ ਹੀ ਸਾਡੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਵੀ ਸ਼ੁਰੂਆਤ ਇੱਕ ਤੋਂ ਹੈ ਅਤੇ ਜਪਜੀ ਸਾਹਿਬ ਦੀ ਵੀ ਸ਼ੁਰੂਆਤ ਇੱਕ ਤੋਂ ਹੈ। ਜਦੋਂ ਉਸ ਇੱਕ ਦਾ ਅਸੀਂ ਭੇਦ ਪਾਵਾਂਗੇ ਉਹ ਕਿੱਥੇ ਕਿੱਥੇ ਵਰਤ ਰਿਹਾ ਕਿਹੜੇ ਕਿਹੜੇ ਪੰਡ